Saya takut sedia ini unki kaya sih. Saya tak ketemu dia. Saya tak minta juga kali. Saya tak ketemu dia. Saya tak ketemu dia. Saya unki kaya. Saya pecat dia. Saya tak ketemu dia. Saya pecat dia. Saya tak unki kaya. Saya tak ketemu dia. ਅਸੀਂ ਮੰਗ ਕਰਦੇ ਆ ਜਿੰਨੇ ਕੀਤੇ ਪਰਿਵਾਰ ਦਾ ਮੈਂਬਰ ਹੈ ਭਾਵੇਂ ਉਹਨੂੰ ਸਜ਼ਾ ਦਿਓ ਉਹਨੂੰ ਮੌਤ ਦੀ ਸਜ਼ਾ ਦਿਓ ਉਹਨੂੰ ਜੇ ਤੁਸੀਂ ਨਹੀਂ ਦੇ ਸਕਦੇ ਸਾਡੇ ਹਵਾਲੇ ਕਰੋ ਅਸੀਂ ਇਹਨੂੰ ਦਿਆਂਗੇ ਸਾਡੀ ਇਹੀ ਮੰਗ ਹੈ ਤੁਹਾਡੇ ਕੀ ਲੱਗਦੇ ਮੇਰੇ ਹਸਬੰਡ ਹੈ ਮੈਂ ਉਹਨੂੰ ਆਪਣੇ ਹੱਥੀ ਸਜ਼ਾ ਦਿਆਂਗੀ ਜਿੰਨੇ ਇਸ ਫੁੱਲ ਨਾਲ ਜ਼ੁਲਮ ਕੀਤਾ ਹੈ ਕੋਈ ਵਜ੍ਹਾ ਸਾਡੇ ਨਾਲ ਇਦਾਂ ਦੀ ਕੋਈ ਵਜ੍ਹਾ ਹੈ ਨਹੀਂ ਸੀ ਪਤਾ ਨਹੀਂ ਕੋਈ ਕਲੇਸ਼ ਨਹੀਂ ਸੀ ਕੋਈ ਕੁਛ ਨਹੀਂ ਸੀ ਕਰੋ ਚੰਗੇ ਭਲੇ ਗਏ ਆ ਕੋਈ ਇਦਾਂ ਦੀ ਗੱਲ ਨਹੀਂ ਸੀ ਪਤਾ ਨਹੀਂ ਇਹਨਾਂ ਦੇ ਦਿਮਾਗ 'ਚ ਕੀ ਆਇਆ ਕੀ ਨਹੀਂ ਆਇਆ ਇਹ ਰੱਬ ਜਾਣੇ ਤਾਂ ਉਹ ਜਾਣਨ ਬਸ ਤੁਹਾਡੇ ਹਸਬੰਡ ਨਾਲ ਗੱਲਬਾਤ ਹੋਈ ਹੈ ਕਿ ਆਖਿਰ ਜਿਸ ਤਰੀਕੇ ਨਾਲ ਨਾਮ ਆ ਰਿਹਾ ਹੈ ਕੋਈ ਗੱਲਬਾਤ ਉਹਨਾਂ ਨੇ ਮਾਰਨ ਦਾ ਹਲੇ ਮੈਨੂੰ ਕੁਛ ਨਹੀਂ ਦੱਸਿਆ ਸੀ ਸਾਨੂੰ ਤਾਂ ਇਹਨਾਂ ਕਹਿੰਦੇ ਸੀ ਬਾਈਪਾਸ ਤੋਂ ਮੇਰੇ ਕੋਲ ਬੱਚਾ ਗੁੰਮ ਹੋ ਗਿਆ ਮੇਰੇ ਕੋਲ ਬਾਈਪਾਸ ਤੋਂ ਬੱਚਾ ਗੁੰਮ ਹੋ ਗਿਆ ਬਸ ਪਰ ਪੁਲਿਸ ਜਿਸ ਤਰੀਕੇ ਨਾਲ ਕਹਿ ਰਹੀ ਉਹ ਕਹਿੰਦੇ ਕਿ ਪਹਿਲਾਂ ਆ ਕੇ ਦੱਸਿਆ ਨਹੀਂ ਗਿਆ ਔਰ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਘਰੋਂ ਜਿਹੜਾ ਲੈ ਕੇ ਜਿਨ੍ਹਾਂ ਦੇ ਮਦਦ ਨਾਲ ਮਗਰ ਜਦੋਂ ਜਿੱਦਾਂ ਵੀ ਗਿਆ ਜਿੱਦਾਂ ਵੀ ਇਹਨਾਂ ਨੇ ਨਾਲ ਲਿਆ ਉਹਨਾਂ ਨੇ ਸਾਨੂੰ ਦੱਸਿਆ ਨਹੀਂ ਸੀ ਬੱਚਾ ਮੇਰੇ ਨਾਲ ਹੈ ਅਸੀਂ ਇਹਨਾਂ ਨੂੰ ਫੋਨ ਕਰ ਕਰਕੇ ਕਹਿ ਰਹੇ ਸੀ ਵੀ ਸੈਜੂ ਗੁਆਚ ਗਿਆ ਅਸੀਂ ਲੱਭ ਰਹੇ ਹਾਂ ਪੁਲਿਸ ਸਾਡੇ ਨਾਲ ਹੈ ਇਹਨਾਂ ਨੇ ਤਾਂ ਵੀ ਸਾਨੂੰ ਨਹੀਂ ਦੱਸਿਆ ਵੀ ਬੱਚਾ ਮੇਰੇ ਨਾਲ ਹੈ ਸਿਰ 6 ਵਜੇ ਤੱਕ 6:30 ਵਜੇ ਤੱਕ ਬੱਚਾ ਇਹਨਾਂ ਦੇ ਨਾਲ ਸੀ ਸਾਨੂੰ ਤਾਂ ਵੀ ਨਹੀਂ ਸ਼ੱਕ ਹੋਇਆ ਘਰੇ ਵੀ ਆ ਗਏ ਸੀ ਉਸ ਤੋਂ ਬਾਅਦ ਆਰਾਮ ਨਾਲ ਸਾਡੇ ਨਾਲ ਲੱਭਣ ਵੀ ਲੱਗ ਗਏ ਫਿਰ ਉਸ ਤੋਂ ਬਾਅਦ ਗੈਪ ਹੋ ਗਏ ਜਿਹੜਾ ਬੱਚਾ ਦੀ ਡੈਥ ਹੋਈ ਉਹਦੀ ਭੈਣ ਹੈ ਛੋਟੀ ਹਾਂ ਅਸੀਂ ਦੋਵੇਂ ਭੈਣਾਂ ਇੱਕੋ ਘਰ ਚ ਅਸੀਂ ਕਰਾਂਗੇ ਸਾਡਾ ਬੱਚਾ ਇਹਨਾਂ ਨੇ ਤਾਂ ਕੀਤਾ ਕਿਉਂ ਕੀਤਾ ਹੈ ਪੁੱਛੋ ਉਹਨਾਂ ਨੂੰ ਕਿਉਂ ਕੀਤਾ ਹੈ ਕੱਲਾ ਕੱਲਾ ਮੁੰਡਾ ਸੀ ਬੰਦਾ ਮੰਨ ਮੰਨ ਕੇ ਲਿਆ 8 ਸਾਲ ਦਾ ਬੱਚਾ ਸਾਡਾ ਅਸੀਂ ਮੰਗ ਕਰਦੇ ਆ ਜਿੰਨੇ ਕੀਤੇ ਪਰਿਵਾਰ ਦਾ ਮੈਂਬਰ ਹੈ ਭਾਵੇਂ ਉਹਨੂੰ ਸਜ਼ਾ ਦਿਓ ਉਹਨੂੰ ਮੌਤ ਦੀ ਸਜ਼ਾ ਦਿਓ ਉਹਨੂੰ ਜੇ ਤੁਸੀਂ ਨਹੀਂ ਦੇ ਸਕਦੇ ਸਾਡੇ ਹਵਾਲੇ ਕਰੋ ਅਸੀਂ ਇਹਨੂੰ ਦਿਆਂਗੇ ਸਾਡੀ ਇਹੀ ਮੰਗ ਹੈ ਤੁਹਾਡੇ ਕੀ ਲੱਗਦੇ ਮੇਰੇ ਹਸਬੰਡ ਹੈ ਮੈਂ ਉਹਨੂੰ ਆਪਣੇ ਹੱਥੀ ਸਜ਼ਾ ਦਿਆਂਗੀ ਜਿੰਨੇ ਇਸ ਫੁੱਲ ਨਾਲ ਜ਼ੁਲਮ ਕੀਤਾ ਹੈ ਕੋਈ ਵਜ੍ਹਾ ਸਾਡੇ ਨਾਲ ਇਦਾਂ ਦੀ ਕੋਈ ਵਜ੍ਹਾ ਹੈ ਨਹੀਂ ਸੀ ਪਤਾ ਨਹੀਂ ਕੋਈ ਕਲੇਸ਼ ਨਹੀਂ ਸੀ ਕੋਈ ਕੁਛ ਨਹੀਂ ਸੀ ਕਰੋ ਚੰਗੇ ਭਲੇ ਗਏ ਆ ਕੋਈ ਇਦਾਂ ਦੀ ਗੱਲ ਨਹੀਂ ਸੀ ਪਤਾ ਨਹੀਂ ਇਹਨਾਂ ਦੇ ਦਿਮਾਗ 'ਚ ਕੀ ਆਇਆ ਕੀ ਨਹੀਂ ਆਇਆ ਇਹ ਰੱਬ ਜਾਣੇ ਤਾਂ ਉਹ ਜਾਣਨ ਬਸ ਤੁਹਾਡੇ ਹਸਬੰਡ ਨਾਲ ਗੱਲਬਾਤ ਹੋਈ ਹੈ ਕਿ ਆਖਿਰ ਜਿਸ ਤਰੀਕੇ ਨਾਲ ਨਾਮ ਆ ਰਿਹਾ ਹੈ ਕੋਈ ਗੱਲਬਾਤ ਉਹਨਾਂ ਨੇ ਮਾਰਨ ਦਾ ਹਲੇ ਮੈਨੂੰ ਕੁਛ ਨਹੀਂ ਦੱਸਿਆ ਸੀ ਸਾਨੂੰ ਤਾਂ ਇਹਨਾਂ ਕਹਿੰਦੇ ਸੀ ਬਾਈਪਾਸ ਤੋਂ ਮੇਰੇ ਕੋਲ ਬੱਚਾ ਗੁੰਮ ਹੋ ਗਿਆ ਮੇਰੇ ਕੋਲ ਬਾਈਪਾਸ ਤੋਂ ਬੱਚਾ ਗੁੰਮ ਹੋ ਗਿਆ ਬਸ ਪਰ ਪੁਲਿਸ ਜਿਸ ਤਰੀਕੇ ਨਾਲ ਕਹਿ ਰਹੀ ਉਹ ਕਹਿੰਦੇ ਕਿ ਪਹਿਲਾਂ ਆ ਕੇ ਦੱਸਿਆ ਨਹੀਂ ਗਿਆ ਔਰ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਘਰੋਂ ਜਿਹੜਾ ਲੈ ਕੇ ਜਿਨ੍ਹਾਂ ਦੇ ਮਦਦ ਨਾਲ ਮਗਰ ਜਦੋਂ ਜਿੱਦਾਂ ਵੀ ਗਿਆ ਜਿੱਦਾਂ ਵੀ ਇਹਨਾਂ ਨਾਲ ਲਿਆ ਉਹਨਾਂ ਨੇ ਸਾਨੂੰ ਦੱਸਿਆ ਨਹੀਂ ਸੀ ਬੱਚਾ ਮੇਰੇ ਨਾਲ ਹੈ ਅਸੀਂ ਇਹਨਾਂ ਨੂੰ ਫੋਨ ਕਰ ਕਰਕੇ ਕਹਿ ਰਹੇ ਸੀ ਵੀ ਸੈਜੂ ਗੁਆਚ ਗਿਆ ਅਸੀਂ ਲੱਭ ਰਹੇ ਹਾਂ ਪੁਲਿਸ ਸਾਡੇ ਨਾਲ ਹੈ ਇਹਨਾਂ ਨੇ ਤਾਂ ਵੀ ਸਾਨੂੰ ਨਹੀਂ ਦੱਸਿਆ ਵੀ ਬੱਚਾ ਮੇਰੇ ਨਾਲ ਹੈ ਸਿਰ 6 ਵਜੇ ਤੱਕ 6:30 ਵਜੇ ਤੱਕ ਬੱਚਾ ਇਹਨਾਂ ਦੇ ਨਾਲ ਸੀ ਸਾਨੂੰ ਤਾਂ ਵੀ ਨਹੀਂ ਸ਼ੱਕ ਹੋਇਆ ਘਰੇ ਵੀ ਆ ਗਏ ਸੀ ਉਸ ਤੋਂ ਬਾਅਦ ਆਰਾਮ ਨਾਲ ਸਾਡੇ ਨਾਲ ਲੱਭਣ ਵੀ ਲੱਗ ਗਏ ਫਿਰ ਉਸ ਤੋਂ ਬਾਅਦ ਗੈਪ ਹੋ ਗਏ ਜਿਹੜਾ ਬੱਚਾ ਦੀ ਡੈਥ ਹੋਈ ਉਹਦੀ ਭੈਣ ਹੈ ਛੋਟੀ ਹਾਂ ਅਸੀਂ ਦੋਵੇਂ ਭੈਣਾਂ ਇੱਕੋ ਘਰ ਚ ਅਸੀਂ ਕਰਾਂਗੇ ਸਾਡਾ ਬੱਚਾ ਇਹਨਾਂ ਨੇ ਤਾਂ ਕੀਤਾ ਕਿਉਂ ਕੀਤਾ ਹੈ ਪੁੱਛੋ ਉਹਨਾਂ ਨੂੰ ਕਿਉਂ ਕੀਤਾ ਹੈ ਕੱਲਾ ਕੱਲਾ